साडे घर अटैक ना कर दे। ਉਹ ਮਹੀਨੇ ਤੋਂ ਸਾਡੇ ਬੱਚੇ ਜਿਹੜੇ ਪਿਛਲੇ ਮਹੀਨਿਆਂ ਤੋਂ ਬਾਹਰ ਬੈਠੇ ਆ, ਜਿਹਦੇ ਵਿੱਚ ਜਸਕਾਰ ਸਿੰਘ ਹੋਣੀ ਲਗਾਤਾਰ ਬੈਠੇ ਆ, ਇਹ ਸਾਡਾ ਕੁਛ ਨਹੀਂ। ਬਲਦੀਪ ਸਿੰਘ ਸਾਡੇ ਜਿਨ੍ਹਾਂ ਨੇ ਪੂਰੀਆਂ ਸਜ਼ਾਵਾਂ ਕਰ ਲਈਆਂ ਉਹਨਾਂ ਨੂੰ ਤੁਸੀਂ ਰਿਹਾ ਨਹੀਂ ਕਰ ਰਹੇ, ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਆ। ਅਸੀਂ ਇਸ 26 ਜਨਵਰੀ ਨੂੰ ਨਹੀਂ ਮੰਨਦੇ, ਅਸੀਂ ਬਿਲਕੁਲ ਇਹਦਾ ਬਾਈਕਾਟ ਕਰਦੇ ਹਾਂ। ਅਸੀਂ ਚੜ੍ਹਦੀ ਕਲਾ ਅੱਜ ਕੇ ਸ੍ਰੀ ਨਿਸ਼ਾਨ ਸਾਹਿਬ ਚੱਲ ਰਹੇ ਹਾਂ, ਅਸੀਂ ਕੇ ਸ੍ਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਸੰਘਰਸ਼ ਜਿਹੜਾ ਸਾਡੇ ਜਥੇਦਾਰ ਸਾਹਿਬਾਂ ਨੇ ਜਾਰੀ ਕੀਤਾ, ਇੱਥੇ ਜਲੰਧਰ ਦੇ ਲਤੀਫਪੁਰ ਦੇ ਲੋਕਾਂ ਲਈ ਇਨਸਾਫ ਦੀ ਮੰਗ ਕੀਤੀ, ਇਹ ਜਾਰੀ ਰਹੂਗੀ। ਅੱਜ ਥਾਂ ਥਾਂ ਇਹ ਹੋ ਰਿਹਾ, ਜਗ੍ਹਾ ਜਗ੍ਹਾ ਹੋ ਰਿਹਾ, ਬਰਗਾੜੀ ਹੋ ਰਿਹਾ, ਤਨ ਤਨ ਹੋ ਰਿਹਾ, ਮੋਹਾਲੀ ਹੋ ਰਿਹਾ, ਸਾਰੇ ਹੋ ਰਿਹਾ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ, ਮੈਂ ਆਪ ਮੇਰੇ ਨੂੰ ਬੁਲਾ ਦੇ ਸ਼ੁਕਰਗੁਜ਼ਾਰ ਹਾਂ ਜਿਵੇਂ ਤੁਸੀਂ ਬਹੁਤ ਕੁਝ ਇਸ ਸਭ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਦੀਪ ਸਿੰਘ ਜੀ, ਗੁਰਸੋਂ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਸਾਡੇ ਭੈਣ ਜੀ ਬੀਬੀ ਪਿੰਡੇ ਵਾਸੀ ਜੀ ਜਿਹੜੇ ਕਿਸਾਨ ਯੂਨੀਅਨ ਰਾਜੇਵਾਲ ਤੋਂ ਨੇ, ਉਹ ਆਪਣੇ ਵਿਚਾਰ ਜਿਹੜੇ ਸਖਤਾਂ ਨਾਲ 2 ਮਿੰਟ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਭਾਅ ਜੀ ਨੇ ਕਿਹਾ ਆ ਵੀ ਸਾਡੀ ਜਿਹੜੀ ਹੈ ਜਾਨੀ ਜਾਣੀ ਆ, ਇਹ ਸਾਡੀ ਨਹੀਂ, ਸਾਡਾ ਹੈਗਾ ਆ ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ। ਸਾਡੇ ਜਿਹੜੇ ਜੇ ਸਾਡੇ ਇਹ ਸਰਕਾਰਾਂ ਜਿਹੜੀਆਂ ਆ ਜਿਨ੍ਹਾਂ ਨੇ ਅੱਜ ਸਾਡੇ ਉੱਤੇ ਸਾਡੇ ਭਾਅ ਜੀ ਜਸਕਾਲ ਦੇ ਉੱਤੇ ਲਾਠੀ ਚਾਰਜ ਕੀਤਾ ਆ, ਤੇ ਸਾਡੇ ਬਾਕੀ ਬੀਬੀ ਦੀ ਇੱਕ ਦੀ ਉਹਨਾਂ ਦੇ ਅੱਜ ਹੁਣ ਹਸਪੀਟਲ ਲੈ ਕੇ ਉਹਨੂੰ ਉਹਦਾ ਟੈਸਟ ਹੋਣ ਡਏ ਆ। ਇਹ ਸਰਕਾਰਾਂ ਦਾ ਸਾਨੂੰ ਪਤਾ ਲੱਗ ਗਿਆ ਵੀ ਇਹ ਸਰਕਾਰਾਂ ਕਿੰਨੀਆਂ ਗਹਿਰੀਆਂ ਸਾਡੇ ਲਈ, ਪਰ ਇਹ ਆ ਅਸੀਂ ਆਪਣਾ ਖਾਲਿਸਤਾਨ ਬਣਾਉਣਾ ਚਾਹੁੰਦੇ ਹਾਂ, ਸਾਡਾ ਖਾਲਿਸਤਾਨ ਬਣ ਕੇ ਰਹੂਗਾ। ਜਿਹੜੇ ਸਾਡੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ, ਤੇ ਜਿਹੜਾ ਸਰਸੇ ਵਾਲਾ ਆ ਉਹਦੀ ਜਿਹੜੀ ਜ਼ਮਾਨਤ ਆ ਉਹ ਜ਼ਬਤ ਕੀਤੀ ਜਾਵੇ, ਤੇ ਸਾਡੇ ਜਿਹੜੇ ਮੋਹਾਲੀ ਦੇ ਵਿੱਚ ਸਾਡਾ ਚੱਲਣ ਡਿਆ ਧਰਨਾ ਸਿੰਘਾਂ ਦਾ, ਅਸੀਂ ਉੱਥੇ ਵੀ ਜਾਣਾ ਆ, ਤੇ ਇੱਥੇ ਵੀ ਅਸੀਂ ਇਸੇ ਤੇ ਕਹਿ ਰਹੇ ਆ ਤੁਹਾਨੂੰ ਕਿ ਜਿਹੜਾ ਸਾਡੇ ਲਈ 26 ਜਨਵਰੀ ਆ, ਇਹ ਸਾਡੇ ਲਈ 26 ਜਨਵਰੀ ਨਹੀਂ, ਇਹ ਸਾਡਾ ਝੰਡਾ ਨਹੀਂ, ਸਾਡਾ ਝੰਡਾ ਹੈਗਾ ਆ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਪਿੰਡੇ ਵਾਸੀ ਜਿਹੜੇ ਕਿਸਾਨ ਯੂਨੀਅਨ ਦੇ ਰਾਜੇਵਾਲ ਦੇ ਇੱਥੇ ਜਲੰਧਰ ਆ ਜਾਂਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਜੀ ਬਾਬਾ ਜਿਹੜਾ ਆ ਤੁਸੀਂ ਕੱਲ ਨੂੰ ਪਿੱਛੇ ਘੜ ਜੋ ਥੋੜਾ ਜਿਹਾ ਜਿਹੜੀ ਫਤਿਹ ਬੁਲਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸੀਨੀਅਰ ਲੀਡਰ ਜਸਕਰਨ ਸਿੰਘ ਅਤੇ ਹੋਰ ਸੰਗਤਾਂ ਦੇ ਜਿਹੜਾ ਉੱਥੇ ਲਾਠੀਚਾਰਜ ਹੋਇਆ, ਜੋ ਤਸ਼ੱਦਦ ਹੋਇਆ, ਇਹ ਸਾਡੇ ਨਾਲ ਸੰਨ 47 ਤੋਂ ਹੁੰਦਾ ਆ। ਇਹਦਾ ਇੱਕੋ ਇੱਕ ਹੀ ਜਿਹੜਾ ਹੈਗਾ ਹੱਲ, ਸਾਡਾ ਆਜ਼ਾਦ ਸਿੱਖ ਕੌਮ ਦਾ ਆਜ਼ਾਦ ਹੋਣਾ, ਤੇ ਸਾਡੀ ਇੱਕੋ ਇੱਕ ਹੱਲ ਆਜ਼ਾਦੀ ਆ। ਇੰਨਾ ਕੁ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਸਰਬਜੀਤ ਸਿੰਘ ਬਜੂਆ ਜਿਹੜੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ। ਹੁਣ ਮੈਂ ਬੇਨਤੀ ਕਰਦਾ ਸਰਦਾਰ ਰਜਿੰਦਰ ਸਿੰਘ ਜੀ ਫੌਜੀ ਸਾਹਿਬ ਜਿਹੜੇ ਸੀਨੀਅਰ ਆਗੂ ਨੇ, ਉਹ 2 ਮਿੰਟ ਫਤਿਹ ਬੁਲਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਅੱਜ ਮੋਦੀ ਨੂੰ ਇੱਕ ਸੁਨੇਹਾ ਦੇਣਾ, ਜਿਹੜਾ ਉਹਨੇ ਸਾਡੀ ਝਾਕੀ ਨਹੀਂ ਲਾਈ ਗਣਤੰਤਰ ਦਿਵਸ ਤੇ, ਤੇ ਉਹਨੂੰ ਰਿਹਾ ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ। ਇਹ ਸਨ ਸਰਦਾਰ ਰਜਿੰਦਰ ਸਿੰਘ ਜੀ ਫੌਜੀ ਸਾਹਿਬ ਜਿਹੜੇ ਸਾਡੇ ਪਾਰਟੀ ਦੇ ਸੀਨੀਅਰ ਆਗੂ ਨੇ। ਹੁਣ ਮੈਂ ਬੇਨਤੀ ਕਰਦਾ ਸਾਡੇ PSC ਦੇ ਮੈਂਬਰ ਸੂਬੇਦਾਰ ਮੇਜਰ ਸਿੰਘ ਜੀ ਜਿਹੜਾ ਆ, ਉਹ ਵੀ ਸੰਗਤਾਂ ਨਾਲ ਜਿਹੜੀ ਫਤਿਹ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਰਜੋ ਸਾਧ ਸੰਗਤ ਜੀਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਸਾਰੇ ਦੁੱਖਾਂ ਦਾ ਇੱਕੋ ਹੀ ਹੱਲ ਸਮਝਦਾ, ਉਹ ਹੈ ਸਾਡੀ ਆਜ਼ਾਦੀ, ਸਿੱਖ ਕੌਮ ਦੀ ਆਜ਼ਾਦੀ।
आजादी आजादी खालिस्तान। मैं कहूंगा लेके रवांगे, तुसी कहना खालिस्तान। लेके रवांगे खालिस्तान, लेके रवांगे खालिस्तान, लेके रवांगे खालिस्तान। वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। बेनती करदा सारिया संगतां नूं हाथ जोड़ के दो मिनट बह जाओ, बस अपना जिहड़ा पांच मिनट दे विच आपां समाप्त कर देणी आ। साडे विच विराजमान ने बीबी संदीप कौर जी, जेडे ने आए ने सम्मान कर रहे ने सरदार सत सिंह जी। हरे सोलिया निशान पर सानू दुख दर्द असी लतीफपुरे जेड़े साडे काफी समय तो रह रहे सिखा ने घर अजाड़े गए ने, उन्हां दे लई साडी अमृतसर श्रोमणी अकाली दल अमृतसर किसान यूनियन दे प्रधान सरदार जसकर सिंह कार सिख वाला, मैं इन्हां दी एडवाइजर मगर घर दा पण कर रही आ ते अज इत्थे पहुंचे आ। सानू दुख दर्द आ, असीं इही बेनती सरकारां अगे असीं मीडिया तुहाडे प्रशासन दे राही असीं बेनती करदे आं कि इन्हां दे जिहड़े अजाड़े घर ने इन्हां नूं दुबारा तो वसाउण दी जिहड़ी आजादी दित्ती जावे, ते जिहड़े परिवार ने ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇਹ ਸਨ ਵਾਡੇ ਭੈਣ ਜੀ ਲੁਧਿਆਣੇ ਤੋਂ, ਬੀਬੀ ਸੰਦੀਪ ਕੌਰ ਪਾਰਟੀ ਦੇ ਸੀਨੀਅਰ ਆਗੂ। ਹੁਣ ਮੈਂ ਬੇਨਤੀ ਕਰਦਾ ਹਾਂ ਸਰਦਾਰ ਜਸਕਰਨ ਸਿੰਘ ਜੀ, ਕਾਹਨ ਸਿੰਘ ਵਾਲਾ, ਜਿਹੜੇ ਪਾਰਟੀ ਦੇ ਜਨਰਲ ਸਕੱਤਰ ਨੇ, ਉਹ ਸਾਰੀ ਜਾਣਕਾਰੀ ਜਿਹੜੀ ਆ ਉਹ ਆਪ ਜੀ ਨਾਲ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਯੋਗ ਅਗਵਾਈ ਦੇ ਵਿੱਚ ਇੱਕ ਬਗਰਾੜੀ ਵਿੱਚ, ਇੱਕ ਤਰਨ ਤਾਰਨ ਵਿੱਚ, ਇੱਕ ਜਲੰਧਰ ਜ਼ੋਨ ਦੇ ਵਿੱਚ ਤਿੰਨ ਜਮਹੂਰੀਅਤ ਬਚਾਓ ਕੇਸਰੀ ਮਾਰਚ ਅਸੀਂ ਕੀਤਾ। ਅਸੀਂ ਲਿਆਕਤਮੰਦ ਬੰਦੇ ਹਾਂ, ਪੜ੍ਹੇ ਲਿਖੇ ਬੰਦੇ ਹਾਂ, ਕਾਨੂੰਨ ਦੀ ਗੱਲ ਕਰਨਾ ਚਾਹੁੰਦੇ ਹਾਂ, ਟੇਬਲ 'ਤੇ ਗੱਲ ਕਰਨਾ ਚਾਹੁੰਦੇ ਹਾਂ, ਸੰਘਰਸ਼ ਕਰਨਾ ਜਾਣਦੇ ਹਾਂ, ਜੇਲ੍ਹਾਂ ਵਿੱਚ ਜਾਣਾ ਜਾਣਦੇ ਹਾਂ, ਸ਼ਹੀਦ ਹੋਣਾ ਜਾਣਦੇ ਹਾਂ। ਪਰ 26 ਜਨਵਰੀ ਨੂੰ ਅਸੀਂ ਇੰਡੀਅਨ ਸਟੇਟ ਤੋਂ ਇੱਕ ਜਵਾਬ ਮੰਗਦੇ ਹਾਂ ਕਿ ਇੰਡੀਅਨ ਸਟੇਟ ਤੂੰ ਸਾਨੂੰ ਜਵਾਬ ਦੇ। ਜਦੋਂ ਮੁਸਲਮਾਨ ਕੌਮ ਨੂੰ ਆਪਣਾ ਮੁਲਕ ਪਾਕਿਸਤਾਨ ਮਿਲ ਗਿਆ, ਹਿੰਦੂ ਵੀਰਾਂ ਨੂੰ ਇੰਡੀਆ ਮਿਲ ਗਿਆ, ਸਿੱਖ ਕੌਮ ਇੱਕ ਗੁਲਾਮੀ 'ਚੋਂ ਨਿਕਲੀ, ਦੋ ਗੁਲਾਮੀਆਂ 'ਚ ਫਸ ਗਈ, ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਉੱਤਰੀ ਭਾਰਤ ਆਜ਼ਾਦ ਖਿੱਤਾ ਦਿੱਤਾ ਜਾਊਗਾ, ਡਾਕ ਵਾਗ ਫੌਜ ਰੇਲ ਅਤੇ ਕਰੰਸੀ ਸੈਂਟਰ ਦੇ ਤਹਿਤ ਹੋਣਗੇ, ਬਾਕੀ ਸਾਡੇ ਹੱਕ ਜਿਹੜੇ ਸਟੇਟ ਦੇ ਹੋਣਗੇ। ਸਟੇਟ ਦਾ ਝੰਡਾ ਲਹਿਦਾ ਹੋਊਗਾ, ਸਟੇਟ ਦਾ ਜਿਹੜਾ ਚੀਫ ਮਿਨਿਸਟਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੋਊਗਾ। 1963 ਦੇ ਵਿੱਚ ਕਸ਼ਮੀਰ ਵਿੱਚ ਚੱਲਦਾ ਰਿਹਾ, ਹੁਣ ਇੰਡੀਅਨ ਸਟੇਟ ਜਵਾਬ ਦੇ। ਸਾਡਾ ਆਨੰਦਮਈ ਰਿਜੈਕਟ ਕਿਉਂ ਖੋਇਆ? ਇੰਡੀਅਨ ਸਟੇਟ ਜਵਾਬ ਦੇ। ਸਾਡੇ ਗਲਾਂ 'ਚ ਟਾਇਰ ਕਿਉਂ ਪਾਏ? ਇੰਡੀਅਨ ਸਟੇਟ ਸਾਨੂੰ ਜਵਾਬ ਦੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਿਉਂ ਸ਼ਹੀਦ ਕੀਤਾ? ਸਾਡਾ ਤੋਸ਼ਾਖਾਨਾ ਕਿਉਂ ਲੁੱਟਿਆ? ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਕਿਉਂ ਲੁੱਟੀ? ਸਾਡੇ ਨੌਜਵਾਨਾਂ ਨੂੰ ਪੁਲਾਂ 'ਤੇ ਮੁਕਾਬਲੇ ਬਣਾ ਕੇ ਕਿਉਂ ਸ਼ਹੀਦ ਕੀਤਾ ਗਿਆ? ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਦਾੜੀ ਕਿਉਂ ਪੁੱਟੀ ਗਈ? ਉਹਦੇ ਨਾਂ ਕਿਉਂ ਖਿੱਚੇ ਗਏ? ਉਹਦਾ ਕੀ ਕਸੂਰ ਸੀ? ਉਹਨੇ ਇਹ ਕਸੂਰ ਕੇ ਦਰਬਾਰ ਸਾਹਿਬ ਹਮਲੇ 'ਤੇ ਰਿਜ਼ਾਈਨ ਦੇ ਤਾ। ਮੰਨ ਲਓ ਮੈਂ ਹੁਣ ਰਿਜ਼ਾਈਨ ਦੇ ਦਿਆਂ, ਸਰਪੰਚੀ ਤੋਂ ਪਿੰਡ 'ਚ ਧੱਕਾ ਹੋਵੇ, ਮੈਨੂੰ ਜੇਲ੍ਹ 'ਚ ਦੇਵਾਂਗੇ? ਫਰਜ਼ ਕਰੋ ਤੁਸੀਂ ਸੋਸ਼ਲ ਮੀਡੀਆ ਵਾਲੇ ਵੀਰੋ, ਤੁਸੀਂ ਸੋਸ਼ਲ ਮੀਡੀਆ ਦਾ ਧੱਕਾ ਹੋਵੇ, ਤੁਸੀਂ ਸੋਸ਼ਲ ਮੀਡੀਆ ਤੋਂ ਜਿਵੇਂ NDTV TV ਤੋਂ ਰਵੀਸ਼ ਕੁਮਾਰ ਨੇ ਰਿਜ਼ਾਈਨ ਦਿੱਤਾ ਹੈ, ਫਿਰ ਉਹਨੂੰ ਜੇਲ੍ਹ 'ਚ ਭੇਜਿਆ, ਉਹ ਆਪਣੇ ਰਿਜੈਂਟਮੈਂਟ ਕਰ ਸਕਦਾ? ਅਤੇ ਫਿਰ ਸਾਨੂੰ ਦੱਸੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਸੰਸਕਾਰ ਕਿੱਥੇ ਕੀਤਾ ਗਿਆ? ਉਹਨਾਂ ਦਾ ਪਸਤੌਲ ਕਿੱਥੇ ਹੈ? ਉਹਨਾਂ ਦਾ ਤੀਰ ਕਿੱਥੇ ਹੈ? ਸਤਵੰਤ ਸਿੰਘ ਦਾ ਦੱਸੋ
बेअंत सिंह का दसो साडा दसो साडा दसो सुखे दे जिंदे दा दसो साडा भी उहनां दे फुल कित्थे पाए गए ने। इस करके साडे सिंघां नूं शहीद करके भी नहीं दस्या जा रहा। हुण सानूं जवाब दिओ कि लतीफपुरे दे विच घर क्यों ढाए ने जिहड़े 1947 तों वसे सी, जगह इन्हां दी सी जदों कि इंडिया दा कंस्टीट्यूशन 3 साल बाद लागू होया 50 च, उह 1947 दे विच आ गए ने। सानूं फिर इह जवाब तां दिओ, फिर साडे कोल चंडीगढ़ क्यों खोया, साडे कोल हाईकोर्ट क्यों खोई है, साडे कोल पंजाबी यूनिवर्सिटी दे हक क्यों खोए है, साडे कोल हेडवर्क्स क्यों खोए है, साडियां बीबियां दियां दाड़ियां क्यों पट्टियां, मोदी ने 60,000 किसानों का जाड़ा क्यों किया, मोदी ने 700 किसानों क्यों मारिया, सानू जवाब दिओ। सरसे वाला साहब जिन्हें गुरु ग्रंथ साहिब दी बेअदबी की कराई तो उन्होंने क्यों बचाया जा रहा है, उन्होंने जबानत क्यों दिती जा रही है, साढ़े जेडे सिंह है जेलों च बंद 28-28 साल तो उन्होंने क्यों रिहा नहीं किया जा रहा, कि ये कानून कहता कि ये जे कानून कहता 26 जनवरी ये गल कहती है, इंडियन कंस्टीट्यूशन कहता कि तुसी किसी दे उत्ते लाठी मारो किसी के उत्ते जबर करो, संविधान की धारा 14-19 सानू बराबर कहती है। इस करके साढ़े नाल जिहड़ा वादा किया इंडियन स्टेट नू कहने है जे तुहानू अपना मुल्क तुसी अंग्रेजा दे गुलाम क्यों रहे, अंग्रेजों तो गुलामी तो आजादी ली ना, नेपाल भी मुल्क बनया, बंगलादेश भी तुसी बनाया, बाकी सारे मुल्क बन के बनते हैं। तो इस करके भाई असं इंडियन स्टेट नू कहना है जे साडे गलां च टायर पाउणे आ, धीआं भैणां बेपतियां करनियां, साडे सरबजीत सिंह वर्गे दी दाढ़ी पुटनी है, कश्मीर दे 2 टोटे करने है, बाबरी मस्जिद ढाउणी है, तो फिर भाई सानू अपना मुल्क खालिस्तान दे दिओ, क्योंकि फिर मिलदे गिलदे रहांगे। इस करके जे किते तुहाडे ते भीड़ पैगी फिर भाई तुहाडी मदद कर दिया करांगे। इस करके तुहानू असीं इह कहने आ तुहाडे नाल इक प्रधानमंत्री होर रल जूगा, तुसीं चीन नाल वी यारी पाई है ना, तुसीं कदे अमरीका नाल पाउणे हो फिर आप यारी पा लाँगे, हैं फिर भाई थोड़ा कितने जो थोनू कि पाकिस्तान थोनू टेढ़ा कर लग्या, जे कि चीन थोनू खुन लग्या, जे कि थोड़ा जनरल कौल जिहड़ा चीन तो साबण का पानी पी के अंदर चला गया सी, जिहड़े 6 सैनिक ने 36-36 इंच 56-56 है वो तो अंदर वड़े फिरते हैं, तो पहला तुसी 29,000 स्क्वेयर किलोमीटर इलाका जिहड़ा सिख राज दा सी ओह खवा लिया, तो हुण मोदी ने कारगिल दे विच 10,000 स्क्वेयर किलोमीटर इलाका देता, वह कहते भाई थोड़ा मड़ा मड़ू देवे तो असं भी विचों लै लू लवेंगे। इस करके साडे नाल भाई मिलते गिलते रहेंगे, क्योंकि आपां भरा भी अड्ड हुंदे आए हैं। इस करके मैं कहना सारे नूं आपां नूं खालिस्तान चाहिए, सानू भाई आपदा मुल्क दे दिओ शांतमई ढंग दे नाल। इस करके अज दा जमहूरीयत डे जिहड़ा मार्च है, तो श्रोमणी गुरद्वारा प्रबंधक कमेटी दीआं चोणां क्यों नहीं हुई भाई, 12 साल तो हुई नहीं, जो इंडियन पार्लीमेंट की चोण 5 साल बाद हो जाती है तो फिर साडिया चोणा क्यों नहीं हुई। इस करके साड़ी पार्लीमेंट 1925 च होनी चाहिए, साडिया चोणा 8 वारी, तो इंडियन स्टेट जी 22 साल बाद आई है वो दिया चोणा 17 वारी, जदों के साडिया चोणा 22 वारी होनी चाहिए सी, साडिया चोणा क्यों नहीं होनी, साढ़े ना धक्का हो रहा। इस करके हुण भाई सारिया चीज़ों का असं नरेंद्र मोदी मान साहब वालों को मैमोरेंडम देवे, सारे जथेबंदियों का धन्यवाद, सर मास्टर कुलदीप सिंह जी हुई आए हैं, सारे सोशल मीडिया आया, तो परमिंदर सिंह जी हुई आए हैं, परमजीत सिंह हुई है, प्रकट सिंह जी आया, बलविंदर सिंह आया, नवादा साहब आया, मास्टर जी आए हैं, फौजी साहब आए हैं, तो साडा पप्पी जी आए हैं, मैं किदा किदा नाम लवां, सारे का भरा साढ़े सारे का धन्यवाद। सोशल जिहड़े लतीफपुर वाले आए हैं सारे का धन्यवाद, उन्होंने सिर चुकदा। हुण भाई आपां मैमोरेंडम देवांगे, डरोली साहब सारे का धन्यवाद कर। वाहेगुरु जी का खालसा वाहेगुरु जी की फतेह। मैं सरदार जसकरण सिंह जी कान सिंह वाला का बहुत बहुत धन्यवाद करदा, आज खड़े होने जेडे के एक 1.5 महीने जो जलंधर दे विच जेडे ने सारा ये अपना इफ्ते दे विच जेड़ा मोर्चा ला के बैठे ने, साडे विच सारियां पार्टियां दे कैसेदार आए ने, मास्टर कुलदीप सिंह शहादत तो आए ने, जगजीत सिंह मान आए ने, सुखदेव सिंह मटेरिया तो आए ने, आकाश बाजवा जी आए ने, लंबड़दार साहब आए ने, रजिंदर सिंह फाजी साहब आए ने, मखू साहब आए ने, चीमा साहब आए ने, परविंदर सिंह खालसा जी वो भी, सेम सिंह जी भी आए ने, रेशम सिंह पप्पी भी आए ने, मैं बलबीर सिंह साडे पम्मा जी जिहड़े ने शाहपुर सिंह जी ये सारे भरा मेरे आए ने, अवतार सिंह जी भी आए ने,
आवे लाला फोटो गाली सर जी अच्छ ਵਧੀਆ ਚੀਜ਼ ਬਣ ਜਵੇ ਜਿਹੜਾ ਖੋਜੋ ਮਾਰੇ ਕਿਰਪਾ ਕਰਦੇ ਜਿਹੜਾ ਲਤੀਫਪੁਰੇ ਯੂਨੀਵਰਸਿਟੀ ਖੋਲੀ ਹੈਡਵਰਕ ਵੀ ਖੋਲੇ ਤੇ ਸਾਡੇ ਕੋਲੋਂ ਪੰਜਾਬੀ ਮੋਢੇ ਲਾਗੇ ਖੋਲੇ ਸਾਡੇ ਕੋਲੋਂ ਨਾਲ ਖੋਲਿਆ ਇਹ ਸਾਰਾ ਕੁਛ ਲਿਖਿਆ ਇਸ ਲਈ ਡਿਟੇਲ ਚ ਤੁਹਾਨੂੰ ਦੇ ਰਹੇ ਹਾਂ ਤੇ ਸਾਡੀ ਗੱਲ ਪਹੁੰਚਾ ਦਿਆ ਖਿੱਚੋ ਜੀ ਜਾਂ ਤਾਂ ਮਾੜਾ ਬਾਬਾ ਜੀ ਖੁਲਾ ਲਓ ਬੰਦੇ ਆਪਣੇ ਮਾੜਾ ਇੱਦਾਂ ਖੁੱਲ ਜਾਓ ਪਿੱਛੇ ਹੀ ਕਰ ਲਓ ਇੱਦਾਂ ਪਿੱਛੇ ਪੂਰਾ ਤੂੰ ਮਾੜਾ ਪਿੱਛੇ ਆ ਜਾਓ ਸਾਰੇ ਆ ਜਾਓ ਬਣਦੀ ਮੂਵੀ ਕਹਿੰਦੀ ਪਿੱਛੇ ਆ ਜਾਓ ਮਾੜਾ ਪਿੱਛੇ ਹੋਰ ਹੋ ਜਾਓ ਇੱਧਰ ਆ ਕੁੜੀਏ ਇੱਧਰ ਆ ਕੁੜੀਏ ਇੱਧਰ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਗਵਰਨਰ ਤੁਹਾਨੂੰ ਦੱਸ ਦਈਏ ਕਿ ਡੀਸੀ ਸਾਹਿਬ ਮੌਕੇ ਤੇ ਪਹੁੰਚੇ ਤੇ ਉਹਨਾਂ ਨੂੰ ਜਿਹੜਾ ਕਿ ਕੰਪਲੇਂਟ ਲੇਕਿਨ ਸਰ ਸਾਡਾ ਇਹ ਕਹਿਣਾ ਕਿ ਜਿਹੜੇ ਸਵੇਰੇ ਜੋ ਵੀ ਉੱਥੇ ਡੰਗ ਸਰ ਜੋ ਵੀ ਲਾਠੀਚਾਰਜ ਉੱਥੇ ਕੀਤਾ ਗਿਆ ਉਸ ਤੇ ਤੁਹਾਡਾ ਕੀ ਕਹਿਣਾ ਕਾਫੀ ਲੋਕਾਂ ਨੂੰ ਉੱਥੇ ਸੱਟਾਂ ਲੱਗੀਆਂ ਕਾਫੀ ਲੋਕ ਜਿਹੜੇ ਕਿ ਸਰਦਾਰਾਂ ਨੂੰ ਕਈ ਲੇਡੀਜ਼ ਦੇ ਕੱਪੜੇ ਤੱਕ ਵੀ ਜਿਹੜੇ ਕਿ ਉੱਥੇ ਫਟੇ ਦੇਖੇ ਗਏ ਉਸ ਤੇ ਤੁਹਾਡਾ ਕੀ ਕਹਿਣਾ ਕੁੱਟਮਾਰ ਅੱਡ ਕੀਤੀ ਗਈ ਹੈ ਸਰ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਸਰ ਜੀ 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 ਠੀਕ ਹੈ ਸਰ ਸਰ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਮੈਮੋਰੈਂਡਮ ਡੀਸੀ ਸਾਹਿਬ ਨੂੰ ਜਿਹੜਾ ਦਿੱਤਾ ਗਿਆ ਸੋ ਇਹਨਾਂ ਤਸਵੀਰਾਂ ਨਾਲ ਹੀ ਮੈਨੂੰ ਗੌਰਵ ਸਿੱਧੂ ਨੂੰ ਦਿਓ ਜਾਂਦਾ ਤੁਸੀਂ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਟੀਵੀ ਥੱਲੇ ਥੱਲੇ ਜੀ
अच्छा जी।